ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਆ ਸਾਰੇ ਵਧੀਆ ਹੋਣਗੇ ਅਤੇ ਤੁਸੀਂ ਵੀਡੀਓਜ਼ ਨੂੰ ਇੰਜੋਏ ਕਰ ਰਹੇ ਹੋ। ਅਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਅੱਜ ਸਾਡੇ ਕੋਲ ਨਵਾਂ ਪ੍ਰੋਜੈਕਟ ਆਇਆ ਹੋਇਆ। ਬਾਈ ਨੇ ਮੋਡੀਫਾਈ ਕੀਤਾ ਹੋਇਆ ਥਾਰ ਨੂੰ, ਮਤਲਬ ਇੱਕ ਨਵੀਂ ਨੂੰ। ਅਤੇ ਬਾਈ ਪਹਿਲਾਂ ਥੋੜ੍ਹਾ ਦੱਸ ਦਿਓ ਕਿ ਆਪਣੇ ਬਾਰੇ ਦੱਸ ਦਿਓ, ਫਿਰ ਗੱਡੀ ਬਾਰੇ ਦੱਸ ਥੋੜ੍ਹਾ ਜਿਹਾ। ਤੁਸੀਂ ਜਿਵੇਂ ਪਹਿਲਾਂ ਆਪਣੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਵਾ, ਤੁਸੀਂ ਤੁਹਾਨੂੰ ਪਤਾ ਹੀ ਆ, ਫਰੈਂਡਸ ਮੋਟਰ ਮੋਗਾ ਤੋਂ ਇਕਬਾਲ ਮੇਰਾ ਨਾਮ ਆ। ਅਤੇ ਆਪਾਂ ਆਪਣੇ ਵੱਲੋਂ ਇੱਕ ਨਵਾਂ ਪ੍ਰੋਜੈਕਟ ਰੈਡੀ ਕੀਤਾ ਗਿਆ, MF550 ਗੱਡੀ ਨੂੰ ਆਪਾਂ ਰੈਡੀ ਕੀਤਾ ਗਾ ਥਾਰ ਲੁੱਕ ਦੇ ਵਿੱਚ। ਮਤਲਬ ਕਿ ਫੋਰ ਡੋਰ ਬਣਾ ਕੇ ਇਹਨੂੰ ਆਟੋਮੈਟਿਕ ਦੇ ਨਾਲ ਫੋਰ ਵੀਲ ਡਰਾਈਵ ਗੇਅਰਬੋਕਸ ਲਗਾ ਹੋਇਆ। ਇਹਦੇ ਵਿੱਚ ਆਪਾਂ ਇੰਜਨ ਵੀ ਚੇਂਜ ਕੀਤਾ, ਇੰਜਨ ਵੀ ਆਪਾਂ SU ਟਰੂਪਰ ਦਾ 3.1 ਲੀਟਰ ਇੰਜਨ ਲਗਾਇਆ ਹੋਇਆ ਵਾ। ਪੂਰਾ ਇੱਕ ਨਵਾਂ ਲੁੱਕ ਦੀ ਗੱਡੀ ਰੈਡੀ ਕੀਤੀ ਆ, ਤੁਸੀਂ ਪੂਰਾ ਦੇਖੋਗੇ ਵੀਡੀਓ ਲਾਸਟ ਤੱਕ। ਅਤੇ ਬੜੀ ਵਧੀਆ ਬਾਈ ਨੇ, ਬੜੀ ਵਧੀਆ ਗੱਡੀ ਬਣੀ ਆ। ਮੈਂ ਇਹਦੇ 'ਚ ਬਹਿ ਕੇ ਹੁਣੇ ਝੂਟਾ ਲੈ ਕੇ ਵੀ ਆਇਆ, ਜਿਹਨੂੰ ਪੰਜਾਬੀ ਝੂਟਾ ਕਹਿੰਦੇ ਆ ਡਰਾਈਵ ਨੂੰ। ਅਤੇ ਤੁਹਾਨੂੰ ਗੱਡੀ ਸਾਰੀ ਦਿਖਾਉਂਦੇ ਹਾਂ ਅਸੀਂ, ਫਿਰ ਸਾਰਾ ਸਾਨੂੰ ਇਨਫੋਰਮੇਸ਼ਨ ਦੇਵਾਂਗੇ ਵੀ ਕੀ ਕਿੰਨਾ ਟਾਈਮ ਲੱਗਿਆ, ਕੀ ਸਿਸਟਮ ਆ, ਸਾਰਾ ਕੁਛ। ਅਤੇ ਅੱਜ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ। ਜਿਵੇਂ ਕਿ ਤੁਹਾਨੂੰ ਵੀਡੀਓ ਸ਼ੁਰੂ ਕਰਦੇ, ਸਾਰਿਆਂ ਨੂੰ ਪਹਿਲਾਂ ਤੁਸੀਂ ਇਹਦੀ ਵੇਖ ਸਕਦੇ ਹੋ ਕਿੱਡੀ ਜ਼ਬਰਦਸਤ ਲੁੱਕ ਆ, ਕਿਉਂਕਿ ਤੁਸੀਂ ਇੱਕ ਵੱਖਰਾ ਕਨਸੈਪਟ ਆ। ਇਹਦੇ 4 ਡੋਰਸ ਨੇ, ਠੀਕ ਆ। ਟਾਇਰ ਤੁਸੀਂ ਵੇਖ ਸਕਦੇ ਹੋ ਕਿ ਅੱਜ ਕੱਲ੍ਹ ਆਮ ਮੋਡੀਫਿਕੇਸ਼ਨ ਚੱਲਦੇ ਨੇ, ਚੌੜੇ ਟਾਇਰ ਪਾਏ ਹੋਏ ਨੇ, ਕੋਈ ਸਪੈਸ਼ਲ ਡਿਮਾਂਡ ਸੀਗੀ। ਉਹ ਤੋਂ ਅਗਲੇ ਮਹੀਨੇ ਤੁਸੀਂ ਦੇਖ ਸਕਦੇ ਹੋ ਸਾਰਾ ਇਹਦਾ ਇਹ ਫਰੰਟ ਵੀ ਚੇਂਜ ਆ, ਜਿਸ 'ਚ ਕਿ LED ਲਾਈਟਸ ਦਿੱਤੀਆਂ ਹੋਈਆਂ ਨੇ। ਉਹ ਨਾਲ ਇਹਦੇ ਇੰਡੀਕੇਟਰਸ ਨੇ ਜਿਹੜੇ ਕਿ ਨਵੀਂ ਲੁੱਕ ਦੇ ਰਹੇ ਨੇ, ਬੜੀ ਵਧੀਆ। ਫਿਰ ਇਹ ਨੋਵਾ ਕੰਪਨੀ ਦੀ ਜਿਹੜੀ ਹੈ ਕਿ ਇਹਦੇ ਵਿੱਚ ਵਿੰਚ ਦਿੱਤੀ ਹੋਈ ਹੈ, ਠੀਕ ਆ। ਅਤੇ ਜਿਹਦੀ ਕਪੈਸਿਟੀ ਵਾਹਵਾ ਹੀ ਹੈ, ਜਿਹੜੀ ਕਿ ਆਫ ਰੋਡਿੰਗ ਵਗੈਰਾ ਲੋਡ ਪੈਂਦੀ ਹੈ, ਇਹਦੀ ਗੱਡੀ ਖਿੱਚਣੀ ਹੋਵੇ ਜਾਂ ਟੋ ਕਰਨ ਵਾਸਤੇ ਵੀ ਕੰਮ ਆਉਂਦੀ ਹੈ ਇਹ। ਫਿਰ ਇਹਦਾ ਬੰਪਰ ਵੀ ਇਹਦਾ ਸਾਰਾ ਚੇਂਜ ਕੀਤਾ ਹੋਇਆ, ਉਹਦੇ ਵਿੱਚ ਲਾਈਟਸ ਦਿੱਤੀਆਂ ਹੋਈਆਂ ਨੇ, ਜਿਹੜੀਆਂ ਕਿ ਫੋਗ ਲਾਈਟਸ ਵੀ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ, ਠੀਕ ਆ। ਫਿਰ ਥੱਲੇ ਇਹਨਾਂ ਨੇ ਇਹਦੇ ਹੌਰਨ ਵਗੈਰਾ ਵੀ ਦੇ ਦਿੱਤੇ ਕਿ ਲੋਡ ਹੁੰਦੀ ਆ। ਇਹਦੇ ਵਿੱਚ ਇੰਜਨ ਵੀ ਚੇਂਜ ਆ, ਤੁਹਾਨੂੰ ਅੱਜ ਇੰਜਨ ਦਿਖਾਉਂਦੇ ਹਾਂ ਅਸੀਂ। ਅਤੇ ਜਿਹੜਾ ਕਿ ਇਹਦੇ ਵਿੱਚ ਇੰਜਨ ਹੈਗਾ, ਤੁਸੀਂ ਇਹ ਚੈੱਕ ਕਰੋ। ਇਹ 'ਚ ਆਪਾਂ SU ਟਰੂਪਰ ਦਾ ਇੰਜਨ ਰੱਖਿਆ ਹੋਇਆ, 3.1 ਲੀਟਰ ਇੰਜਨ ਆ। ਅਤੇ ਬਾਹਰਲਾ ਇੰਪੋਰਟਡ ਇੰਜਨ ਚੱਲਿਆ ਹੋਇਆ ਇੰਜਨ, ਪੂਰੀ ਬਣਾ ਕੇ 4 ਡੋਰ ਦੀ ਬਣਾਈ ਹੈ। ਬਾਡੀ ਥੋੜੀ ਲੰਬੀ ਕੀਤੀ ਹੋਈ ਆਪਾਂ, MF550 ਦੀ ਗੱਡੀ ਦੀ ਬਾਡੀ। ਪੂਰੇ ਪੈਰ ਦਾ ਮਡਗਾਰਡ ਸਭ ਕੁਛ ਆਪਾਂ ਆਪਣੇ ਵੱਲੋਂ ਰੈਡੀ ਕੀਤਾ ਹੋਇਆ ਹੈ। ਮੈਟਲ ਦੇ ਪੂਰੇ ਹਟੋਪ ਆਪਾਂ ਪੂਰਾ ਰੈਡੀ ਕੀਤਾ, ਮੈਟਲ ਦਾ ਸਾਰਾ ਸਮਾਨ ਤੁਸੀਂ ਡੋਰ ਦੇਖ ਸਕਦੇ ਹਾਂ। ਫਰੰਟ ਸੀਟਾਂ ਆਪਾਂ ਇਲੈਕਟ੍ਰੋਨਿਕ ਲਗਾਈਆਂ ਹੋਈਆਂ ਜਿਸ ਕੋਟਸ ਪਰਬ ਦੀਆਂ। ਫਰੰਟ ਡੈਸ਼ਬੋਰਡ ਆਪਾਂ ਲੱਗਿਆ ਹੋਇਆ ਥਾਰ ਦਾ ਓਰੀਜਨਲ ਡੈਸ਼ਬੋਰਡ ਆ, ਉਹਨੂੰ ਪੇਂਟ ਕਰਕੇ ਨਾਲ ਦਾ ਲੁੱਕ ਦਿੱਤੀ ਹੋਈ ਆ। ਇਹਦੇ ਵਿੱਚ ਬਕਾਇਦਾ AC ਹੀਟਰ ਵਗੈਰਾ ਸਭ ਕੁਛ ਲੱਗਾ ਹੋਇਆ ਵਾ। ਬੈਕ 'ਤੇ ਵੀ ਆਪਾਂ ਸਿੰਗਲ ਸੀਟ ਲਗਾਈ ਹੋਈ ਆ, ਉਹ ਵੀ ਕੋਟਾ ਕੋਟਾ ਦੀ ਸੀਟ ਆ। ਅਤੇ ਲਾਸਟ ਦੇ ਪਿੱਛੇ ਹੀ ਆਪਾਂ ਸਪੀਕਰ ਵਾਲਾ ਵਿੰਡ ਟਿਊਬ ਸਿਸਟਮ, ਤੁਸੀਂ ਪਿੱਛੋਂ ਆਪਾਂ ਦੇਖ ਰਹੇ ਹਾਂ। ਫੈਂਡਰ ਵੀ ਆਪਣੇ ਵੱਲੋਂ ਪੂਰੇ ਮੈਟਲ ਦੇ ਰੈਡੀ ਕੀਤੇ ਹੋਏ। ਫਰੰਟ ਬੈਕ ਬੰਪਰ ਵੀ ਆਪਾਂ ਮੈਟਲ ਦਾ ਰੈਡੀ ਕੀਤਾ ਉਹਦੇ ਵੱਲੋਂ। ਆ ਤੁਸੀਂ ਫਿਊਲ ਬੋਕਸ ਵੀ ਦੇਖ ਸਕਦੇ ਹੋ, ਨਵੇਂ ਮਾਡਲ ਦਾ ਫਿਊਲ ਬੋਕਸ ਲਗਾਇਆ ਇਹਨੂੰ। ਪਿੱਛੇ ਆਪਣੀਆਂ ਨੇਮ ਪਲੇਟ, ਪਿੱਛੇ ਆਪਾਂ ਲਾਈਟ ਦੇ ਕੀਤਾ ਹੋਇਆ, ਅਤੇ ਬੈਕ 'ਤੇ ਆਪਾਂ ਡਬਲ ਸਲੰਸਰ ਕੱਢੇ ਹੋਏ ਦੇ। ਪਿੱਛੇ ਆਪਾਂ ਇਹਦੇ ਸਟਿਪਣੀ ਵੀ ਲਗਾਤੀ ਆ, ਸਟਿਪਣੀ ਨੂੰ ਪੂਰਾ ਆਪਾਂ ਹੈਵੀ ਲੁੱਕ ਹੈਵੀ ਦਿੱਤਾ ਹੋਇਆ ਮੋਰ ਸਪੋਰਟ ਕਿ ਖੜਕੇ ਨਾ ਇਹ। ਤੁਸੀਂ ਪਿੱਛੇ ਦਾ ਟਾਇਰ ਵੀ ਦੇਖ ਸਕਦੇ ਹੋ, 17 ਇੰਚ ਇਹ ਟਾਇਰ ਆ। ਇਹ 17 ਇੰਚ ਆਪਾਂ ਅਲਾਈਵੀਲ ਅੰਦਰ ਇਹ ਓਰੀਜਨਲ ਡਰਾਮਾ ਲੋਹੇ ਦੇ, ਅਤੇ ਪੂਰੇ ਫਰੰਟ ਦੇ ਆਪਾਂ ਇਹਦੇ ਅਲਾਈਵੀਲ ਕੱਢ ਕੇ ਪੂਰੇ ਫਿੱਟ ਕੀਤੇ ਹੋਏ ਦੇ, ਬਿਲਕੁਲ ਬ੍ਰਾਂਡ ਨੂੰ ਅਲਾਈਵੀਲ ਲੈ ਕੇ ਉਹਦੇ ਵਿੱਚ ਆਪਾਂ ਉੱਤੇ ਖਾਲੀ ਕੰਗਣੀ ਫਿੱਟ ਕੀਤੀ ਹੋਈ ਇਹਦੇ। ਇਹਦੇ ਵਿੱਚ ਆਪਾਂ ਆਟੋਮੈਟਿਕ ਗੇਅਰ ਬੋਕਸ ਲਗਾਇਆ 4-wheel ਡਰਾਈਵ ਦੇ ਨਾਲ, ਓਰੀਜਨਲ ਹੀ ਗੇਅਰ ਬੋਕਸ ਹੈ ਇਹ। ਪੂਰਾ ਇੱਕ ਵੱਖਰਾ ਜਿਹਾ ਆਪਾਂ ਆਪਣੇ ਵੱਲੋਂ ਮਾਡਲ ਰੈਡੀ ਕੀਤਾ ਗਿਆ, ਸ਼ਾਇਦ ਹੀ ਕਿਤੇ ਤੁਸੀਂ ਪਹਿਲਾਂ ਦੇਖਿਆ ਹੋਵੇ ਮਾਡਲ A2Z। ਇੱਕ ਪੂਰਾ ਨਵਾਂ ਮਾਡਲ ਇਹ। ਇਹਦੇ ਆਪਾਂ ਪੂਰਾ ਪਾਵਰ ਸਟੀਅਰਿੰਗ ਫਿਟਿੰਗ ਕੀਤਾ ਹੋਇਆ ਵਾ, ਫਰੰਟ ਬ੍ਰੇਕਾਂ ਦੇ ਡਿਸਕ ਕੀਤੀਆਂ ਹੋਈਆਂ, ਬੈਕ 'ਤੇ ਡਰਮ ਲੱਗੇ ਹੋਏ ਆ ਪੂਰੇ। ਬਾਕੀ 2K ਮੈਟੈਲਿਕ ਪੇਂਟ ਆ ਆਪਣਾ ਸਾਰਾ ਇਹ ਡਬਲ ਕੰਬੀਨੇਸ਼ਨ ਦੇ ਨਾਲ। ਤੁਸੀਂ ਆ ਟਾਇਰ ਦੇਖ ਸਕਦੇ ਹੋ, ਟਾਇਰ ਦੇ ਵਿੱਚ ਵੀ ਇਹਦੇ ਆਪਾਂ ਬਕਾਇਦਾ ਲੋਹੇ ਦੇ ਰਿਮ ਬਣਾ ਕੇ ਉਹਦੇ ਉੱਪਰ ਓਰੀਜਨਲ ਨਵੇਂ ਲਾਈਵੀਲ ਲੈ ਕੇ 17 ਨੰਬਰ ਦੇ ਇਹਦੀ ਕੰਗਣੀ ਵੱਢ ਕੇ ਉੱਪਰ ਫਿਟਿੰਗ ਕੀਤੀ ਹੋਈ ਆ। ਹਾਂਜੀ ਵੀ ਦੋਸਤੋ, ਤੁਸੀਂ ਦੇਖੀ ਸਾਰੀ ਗੱਡੀ ਜਿਹੜੀ ਕਿ ਥਾਰ ਨੂੰ ਮੋਡੀਫਾਈ ਕੀਤਾ ਹੋਇਆ ਬਾਈ ਨੇ, ਬਹੁਤ ਵਧੀਆ ਤਰੀਕੇ ਨਾਲ ਕੀਤਾ ਬਾਈ, ਮੈਨੂੰ ਬਹੁਤ ਸੋਹਣੀ ਲੱਗੀ ਵੈਸੇ ਤਾਂ ਇਹ। ਅਤੇ ਇੰਜਨ ਵੀ ਇਹ 'ਚ ਆਟੋਮੈਟਿਕ ਦਿੱਤਾ ਹੋਇਆ, ਸਾਰਾ ਕੁਛ ਚੇਂਜ ਆ। ਅਤੇ ਸਰ ਮੈਂ ਕੁਛ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਿਵੇਂ ਕਿ ਇਹ ਗੱਡੀ ਨੂੰ ਕਿੰਨਾ ਕੁ ਟਾਈਮ ਲੱਗਿਆ ਤਿਆਰ ਕਰਨ ਵਾਸਤੇ? ਇਹ ਗੱਡੀ ਤਕਰੀਬਨ 4 ਕੁ ਮਹੀਨੇ ਹੋ ਗਏ ਆਪਾਂ ਨੂੰ ਰੈਡੀ ਕਰਦਿਆਂ ਨੂੰ, ਕਿਉਂਕਿ ਆਪਣੇ ਲਈ ਵੀ ਮਾਡਲ ਨਵਾਂ ਸੀਗਾ, ਥੋੜ੍ਹਾ ਥੋੜ੍ਹਾ ਸਾਨੂੰ ਇਹ 'ਚ ਵੀ ਦਿੱਕਤ ਆਉਂਦੀ ਸੀ ਹੌਲੀ ਹੌਲੀ ਬਣਾਉਣ 'ਚ ਵੀ, ਕਿਉਂਕਿ ਆਪਣਾ
ਪਹਿਲੀ ਵਾਰ ਇਹ 'ਤੇ ਵਰਕ ਕੰਮ ਕੀਤਾ ਹੋਇਆ ਗੱਡੀ 'ਤੇ ਅਤੇ ਇਹਦੇ ਲਈ ਵੀ ਟਾਈਮ ਜ਼ਿਆਦਾ ਲੱਗਿਆ, 4 ਮਹੀਨੇ ਦਾ ਟਾਈਮ ਲੱਗ ਗਿਆ ਪੂਰਾ ਰੈਡੀ ਹੋਣ ਲਈ ਆਪਾਂ ਨੂੰ। ਠੀਕ ਆ ਬ੍ਰਦਰ, ਜਿਵੇਂ ਕਿ ਇਹਦੇ ਵਿੱਚ ਤੁਸੀਂ ਇੰਜਨ ਵਗੈਰਾ ਲਾਇਆ ਜਾਂ ਕੁਛ ਵੀ ਕੀਤਾ, ਠੀਕ ਹੈ, ਅਤੇ ਇਹ ਮਤਲਬ ਨਵੇਂ ਹੁੰਦੇ ਨੇ ਕਿ ਜਾਂ? ਬਿਲਕੁਲ ਬ੍ਰੈਂਡ ਨਿਊ ਇੰਜਨ ਨਹੀਂ ਹੁੰਦੇ ਵੀਰੇ, ਬਾਹਰਲੇ ਇੰਪੋਰਟਡ ਇੰਜਨ ਚੱਲੇ ਹੋਏ, ਬਾਹਰ ਹੀ ਚੱਲੇ ਹੁੰਦੇ ਆ, ਇੰਡੀਆ ਆ ਕੇ ਚਾਹੇ ਇੰਜਨ ਨਹੀਂ ਚੱਲਿਆ ਹੋਇਆ ਇਹ, ਇੰਡੀਆ ਪਹਿਲੀ ਵਾਰ ਆਪਾਂ ਇੰਜਨ ਯੂਜ਼ ਕੀਤਾ ਹੋਇਆ ਵਾ, ਬਿਲਕੁਲ ਨਵੀਂ ਕੰਡੀਸ਼ਨ ਦੇ ਵਰਗਾ ਇੰਜਨ ਆ ਇਹ। ਇਹਨੂੰ ਤੁਸੀਂ ਮਤਲਬ ਇੰਜਨ ਦੀ ਗਰੰਟੀ ਵਗੈਰਾ ਵੀ ਦਿੰਦੇ? ਗਰੰਟੀ ਪੂਰੀ ਇੰਜਨ ਕੇ ਦੀ ਪੂਰੀ ਗਰੰਟੀ ਹੁੰਦੀ ਵੀਰੇ ਆਪਣੀ, ਪੇਪਰ ਤੱਕ ਦੀ ਗਰੰਟੀ ਹੁੰਦੀ ਆ ਇੱਕ ਚੀਜ਼, ਕਿਵੇਂ ਨੰਬਰ ਵਗੈਰਾ ਵੀ ਸਾਰਾ ਕੁਝ ਗੱਡੀ ਦਾ ਲਵਾ ਕੇ? ਨਵਾਂ ਨੰਬਰ ਲੱਗਿਆ ਹੋਇਆ ਬਾਈ ਜੀ ਇਹਦਾ, 44 ਆਰ ਸੀ, 2034 ਦੀ ਕਰੇ ਆਰ ਸੀ ਵੈਲਿਡ ਹੁੰਦੀ ਇਹਦੀ, ਪਹਿਲੇ ਨਾਮ ਹੁੰਦੀ ਹੈ ਗੱਡੀ। ਠੀਕ ਆ ਹਾਂਜੀ, ਅਤੇ ਬਾਈ ਬਾਕੀ ਇਹਨੂੰ ਜਿੱਦਾਂ ਹੁਣ ਤੁਸੀਂ ਕਹਿ ਸਕਦੇ ਵੀ ਕਿੰਨਾ ਕੁ, ਮੈਨੂੰ ਪਤਾ ਪ੍ਰੋਪਰ ਤੁਸੀਂ ਰੇਟ ਨਹੀਂ ਦੱਸ ਸਕਦੇ ਕਿਉਂਕਿ ਵੱਖਰਾ ਵੱਖਰਾ ਹੁੰਦਾ, ਕਿਉਂਕਿ ਕਿਸੇ ਨੇ ਕੁਛ ਲਵਾਇਆ ਕਿਸੇ ਨੇ ਕੁਛ ਲਵਾਇਆ, ਅਤੇ ਕਿੰਨੇ ਕੁ ਵੈਸੇ ਇੰਨੀ ਕੁ ਗੱਡੀ ਤਿਆਰ ਹੋ ਜਾਂਦੀ ਹੈ ਇੱਕ ਅੰਦਾਜ਼ਾ? ਜਿਵੇਂ ਤੁਸੀਂ ਉਹ ਮਾਡਲ ਦੇਖਿਆ ਸੇਮ ਆ ਇਹ, ਲਾਈਟਰ ਲਾ ਕੇ, ਵਿੰਚ ਲਾ ਕੇ, ਸੇਮ ਇੱਦਾਂ ਦਾ ਇੰਜਨ ਗੀਅਰ ਬਾਕਸ ਆਟੋਮੈਟਿਕ ਦੇ ਕਰਕੇ, ਫੋਰ ਵੀਲ ਡਰਾਈਵ ਨਾਲ ਕਰਕੇ, ਏਸੀ ਹੀਟਰ ਵਗੈਰਾ ਲਾ ਕੇ, ਇਹ ਗੱਡੀ ਦਾ ਪ੍ਰਾਈਜ਼ ਹੈਗਾ 9 ਲੱਖ ਰੁਪਏ ਦੀ ਗੱਡੀ ਸੇਲ ਆਊਟ ਕੀਤੀ ਹੋਈ ਹੈ ਆਪਾਂ ਨੂੰ। ਪ੍ਰੇਮ ਸ਼ਰਮਾ ਜੀ ਵੱਲੋਂ। ਠੀਕ ਆ, ਇਹ ਵੀ ਇੱਕ ਗੱਲ ਦੱਸਣੀ ਚਾਹੁੰਦਾ ਮੈਂ, ਇਹਦੇ ਬਾਹਰ ਵਾਲੇ ਵੀਰ ਮੈਨੂੰ ਮੈਸੇਜ ਕਰਦੇ ਆ ਕਿ ਸਾਨੂੰ ਵਿੱਲੀ ਚਾਹੀਦੀ ਆ, ਸਾਨੂੰ ਥਾਰ ਚਾਹੀਦੀ ਆ, ਜਿਪਸੀ ਚਾਹੀਦੀ ਆ, ਉਹਦੇ ਵਾਸਤੇ ਕੁਛ ਕੰਡੀਸ਼ਨ ਹੁੰਦੀਆਂ ਨੇ ਜਿਵੇਂ ਕਿ ਤੁਸੀਂ ਕੀ ਕਰਦੇ ਹੋ ਕਿ ਹਾਫ ਪੇਮੈਂਟ ਪਹਿਲਾਂ ਲੈਂਦੇ ਹੋ ਜਾਂ 50,000 ਬੁਕਿੰਗ ਅਮਾਊਂਟ ਹੁੰਦੀ ਹੈ ਗੱਡੀ ਦੀ? ਠੀਕ ਆ, ਬਾਕੀ ਇਹ ਕਿ ਤੁਸੀਂ ਬਾਈ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਤਾਂ ਯੂਟਿਊਬ ਚੈਨਲ ਹੈਗਾ ਜਿਵੇਂ ਕਿ ਗੱਡੀ ਉੱਤੇ ਵੀ ਲਿਖਿਆ ਫਰੈਂਡਸ ਮੋਟਰ ਮੋਗਾ, ਠੀਕ ਹੈ, ਯੂਟਿਊਬ ਚੈਨਲ ਵੀ ਆ, ਬਾਕੀ ਫੇਸਬੁੱਕ 'ਤੇ ਵੀ ਬਾਈ ਅਵੇਲੇਬਲ ਆ, ਠੀਕ ਹੈ, ਉੱਥੇ ਤੁਸੀਂ ਬਾਈ ਨੂੰ ਫੋਨ ਕਰਕੇ, ਨੰਬਰ ਵੀ ਮੈਂ ਵੀਡੀਓ 'ਤੇ ਥੱਲੇ ਸ਼ੋਅ ਹੋ ਰਹੇ ਨੇ, ਤੁਸੀਂ ਉੱਥੇ ਉਹਨੂੰ ਕਾਲ ਕਰਕੇ ਪੁੱਛ ਸਕਦੇ ਹੋ ਵੀ ਕਿਹੜੀ ਚੀਜ਼ ਕਿੱਦਾਂ ਦਾ, ਜਿਹੜੀ ਵੀ ਤੁਹਾਨੂੰ ਡਿਮਾਂਡ ਹੋਵੇ ਬਾਈ ਤਿਆਰ ਕਰ ਦਿੰਦਾ। ਵੈਸੇ ਬਾਈ ਹੁਣੀ ਹਾਰਡ ਟੌਪ ਵਗੈਰਾ, ਬੰਪਰ ਵਗੈਰਾ, ਮਤਲਬ ਹੋਰ ਵੀ ਗੱਡੀਆਂ ਦੇ ਬੜੇ ਕੰਮ ਕਰਦੇ ਨੇ, ਇਹ ਤਾਂ ਸਪੈਸ਼ਲ ਆਰਡਰ ਸੀਗਾ ਕਿਸੇ ਦਾ, ਅਤੇ ਉਹ ਤਿਆਰ ਕਰਕੇ ਉਹਨਾਂ ਨੇ ਫੋਟੋ ਘੱਲੀ ਸੀਗੀ, ਉਹ ਤੋਂ ਮੇਰੇ ਹਿਸਾਬ ਨਾਲ ਅਸੀਂ ਤਿਆਰ ਕੀਤੀ ਸੀ। ਸੇਮ ਉਦਾਂ ਰੈਡੀ ਕੀਤੀ ਹੋਈ ਹੈ, ਕਿ ਲਾਸਟ ਸਾਡੀ ਵੀਡੀਓ ਹੋ ਗਈ ਜਦੋਂ ਦਿਖਾਇਆ ਵੀ ਸੀ, ਉਹਦੇ ਤਿਆਰ ਹੋ ਰਹੀ ਸੀਗੀ, ਹੁਣੇ ਪ੍ਰੋਪਰ ਹੋ ਗਈ, ਇਹਦੇ ਡੋਰਸ ਮੈਨੂੰ ਬਹੁਤ ਸੋਹਣੇ ਲੱਗੇ, ਜਿਹੜੇ ਕਿ ਮਤਲਬ ਨੈਚੁਰਲ ਜੀ ਲੁੱਕ ਆ, ਓਪਨ ਲੁੱਕ ਦੇ ਵਿੱਚ ਆ, ਅਤੇ ਕਾਫੀ ਵਧੀਆ ਹੈ। ਅਤੇ ਹੋਰ ਬਾਕੀ ਬਾਈ ਤੁਸੀਂ ਦੱਸਣਾ ਚਾਹੁੰਦੇ ਹੋ ਕੁਛ ਦੱਸ ਸਕਦੇ ਹੋ? ਬਾਕੀ ਜੇ ਕਿਸੇ ਨੇ ਬਾਹਰ ਵੀ ਗੱਡੀ ਸ਼ਿਪਿੰਗ ਕਰਾਉਣੀ ਹੋ, ਇੰਪੋਰਟ ਕਰਾਉਣੀ ਹੋ, ਆਪਾਂ ਉਹ ਵੀ ਹੀ ਆਪਾਂ ਕਰਦੇ ਹਾਂ ਰੈਡੀ, ਚਲੋ ਉਹ ਵੀ ਮਤਲਬ ਤੁਸੀਂ ਇੰਪੋਰਟ ਕਰ ਦਿੰਦੇ ਆ, ਕਿਉਂਕਿ ਪਰਸੋਂ ਵੀ ਆਪਣੀ ਗੱਡੀ ਇੱਕ ਗਈ ਆ ਰੈਡੀ ਹੋ ਕੇ, ਅਤੇ ਵੈਨਕੂਵਰ ਲਈ ਇੰਪੋਰਟ ਹੋਈ ਆ ਗੱਡੀ, ਲੈਫਟ ਹੈਂਡ ਵਿੱਲੀ ਸੀਗੀ ਆਟੋਮੈਟਿਕ ਗੇਅਰ ਡਰਾਈਵ ਦੇ ਨਾਲ। ਠੀਕ ਆ, ਅੱਛਾ ਵਿੱਲੀ ਦੀ ਵੀ ਗੱਲ ਦੱਸਣੀ ਚਾਹੁੰਦਾ ਕਿ ਵਿੱਲੀ ਬਾਈ ਹੁਣੀ ਆਟੋਮੈਟਿਕ ਵੀ ਤਿਆਰ ਕਰਦੇ ਓਰੀਜਨਲ ਸ਼ੇਪ ਦੇ ਵਿੱਚ, ਜਿਹੜੀ ਕਿ ਲੈਫਟ ਹੈਂਡ ਡਰਾਈਵ ਵੀ ਹੁੰਦੀ ਹੈ, ਅਤੇ ਉਹ ਵੀ ਤੁਸੀਂ ਬਾਈ ਹੁਣਾਂ ਕੋ ਅਪਾਈ ਕਰ ਸਕਦੇ ਹੋ, ਹੋਰ ਸਾਡੀਆਂ ਵੀਡੀਓਜ਼ ਵੀ ਚੱਲਦੀਆਂ ਨੇ ਚੈਨਲ ਉੱਤੇ, ਤੁਸੀਂ ਉਹ ਵੀ ਦੇਖ ਸਕਦੇ ਹੋ। ਅਤੇ ਬਾਕੀ ਬਾਈ ਇੱਕ ਗੱਲ ਹੋਰ ਦੱਸ ਦਿਓ, ਤੁਹਾਡੀ ਸ਼ੋਰੂਮ ਕਿੰਨੇ ਵਜੇ ਓਪਨ ਹੁੰਦਾ ਅਤੇ ਕਿੰਨੇ ਵਜੇ ਕਲੋਜ਼ ਹੁੰਦਾ? ਆਪਣੀ ਸ਼ੋਪ ਵੀਰੇ ਤਕਰੀਬਨ 9 ਵਜੇ ਓਪਨ ਹੁੰਦੀ ਆ, ਸ਼ਾਮ ਨੂੰ 7 ਵਜੇ ਬੰਦ ਹੁੰਦੀ ਆ। ਠੀਕ ਹੈ, ਤੁਹਾਡਾ ਐਡਰੈਸ ਕੀ ਹੈ ਪ੍ਰੋਪਰ ਉਹਦਾ? ਸੰਤਾ ਸਿੰਘ ਮਾਰਕੀਟ ਆ ਵੀਰੇ, ਪੁਰਾਣੀ ਚੁੰਗੀ ਦੇ ਨੇੜੇ ਮੋਗੇ ਦੇ ਵਿੱਚ ਆਪਣਾ ਦੁਕਾਨ ਆ। ਠੀਕ ਆ, ਮੋਟਰ ਦੇ ਨਾਂ 'ਤੇ, ਅਤੇ ਸੰਡੇ ਵੀ ਤੁਸੀਂ ਅਵੇਲੇਬਲ ਹੁੰਦੇ ਹੋ? ਸੰਡੇ ਵੀ ਆਪਾਂ ਓਪਨ ਹੁੰਦੇ ਹਾਂ ਜੀ ਕਈ ਵਾਰ। ਓਕੇ ਹਾਂਜੀ, ਅਤੇ ਬਾਕੀ ਹੈ ਕਿ ਥੈਂਕ ਯੂ ਸੋ ਮਚ ਬਾਈ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਦਿਆ ਅੰਡਰਸਕੋਰ ਕਰਨ ਦੇ ਨਾਮ ਦੇ ਉੱਤੇ, ਮੇਰਾ ਇੰਸਟਾਗ੍ਰਾਮ ਡੇਲੀ ਅਪਡੇਟਸ ਵਾਸਤੇ, ਬਾਕੀ ਕਿਸੇ ਵੀ ਵੀਡੀਓ ਵਾਸਤੇ ਕਿਸੇ ਵੀ ਚੀਜ਼ ਵਾਸਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਮੇਰੀ ਈਮੇਲ ਆਈ ਡੀ ਦੇ ਉੱਤੇ, ਅਤੇ ਹੁਣ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਦੀ ਵੀਡੀਓ ਲੈ ਕੇ। ਥੈਂਕ ਯੂ ਸੋ ਮਚ ਫੋਰ ਵਾਚਿੰਗ।